ਇਹ ਮੁਕਾਬਲਾ ਕਰਨਗੇ ਸਾਡਾ, ਇਹ ਸਾਨੂੰ ਦੱਸਣਗੇ ਪੰਜਾਬ ਬਾਰੇ। ਸ਼ਰਮ ਨਹੀਂ ਆਉਂਦੀ ਇਹਨਾਂ ਨੂੰ? ਕਿਹੜੇ ਮੂੰਹ ਨਾਲ ਬੋਲਦੇ ਨੇ ਇਹ? ਚਿੱਠੇ ਪਏ ਨੇ, ਚਿੱਠੇ ਇਹਨਾਂ ਦੇ ਹੌਲੀ ਹੌਲੀ ਕੱਢ ਰਹੇ ਹਾਂ। ਅਸੀਂ ਵੀ ਪੱਕੇ ਪੈਰੀਂ ਚੱਲਦੇ ਹਾਂ, ਦੇਖਦੇ ਹੋਵੋਗੇ ਰੋਜ਼ ਕੋਈ ਨਾ ਕੋਈ ਖਬਰਾਂ 'ਚ। ਜਦੋਂ ਖਬਰ ਆਉਂਦੀ ਹੈ ਇਹੀ ਇਹੀ ਕਹਿੰਦੇ ਹੋਵੋਗੇ, ਲੈ ਵੀ ਹੁਣ ਇੱਕ ਹੋਰ ਟੰਗਤਾ ਬਈ, ਉਹਨਾਂ ਨੇ ਪੰਜਾਬ ਖਾਧਾ, ਪੰਜਾਬ ਲੁੱਟਿਆ ਉਹਨਾਂ ਨੇ, ਅਸੀਂ ਨਹੀਂ ਬਖਸ਼ਣਾ ਉਹਨਾਂ ਨੂੰ। ਕਿੰਨੀਆਂ ਇਹੀ ਸਕੂਲ ਕਿਤੇ, ਅੱਜ ਉਹ ਟੀਚਰ ਕਹਿੰਦੀ ਸੀ ਇਹੀ ਸਕੂਲ ਕਿਤੇ 10 ਸਾਲ ਪਹਿਲਾਂ ਬਣਿਆ ਹੁੰਦਾ ਤਾਂ ਮੈਂ ਆਪਣੇ ਬੱਚੇ ਨੂੰ ਪਹਿਲੀ ਕਲਾਸ ਤੋਂ ਇੱਥੇ ਪੜ੍ਹਾਉਂਦੀ। ਅਸੀਂ ਕਿਹਾ ਸ਼ੁਕਰ ਕਰੋ ਜੀ ਹੁਣ ਬਣ ਗਿਆ। ਚੱਲ ਕੋਈ ਨਹੀਂ, ਦੇਰ ਆਏ ਦਰੁਸਤ ਆਏ, ਖਹਿੜਾ ਛੁੱਟਿਆ ਉਹਨਾਂ ਤੋਂ, ਉਬਾਰੀਆਂ ਵਾਲਿਆਂ ਤੋਂ। ਆਪ ਨੂੰ ਪੰਜਾਬੀ ਨਹੀਂ ਆਉਂਦੀ, ਸਾਡੇ ਧੀਆਂ ਪੁੱਤਾਂ ਦੀਆਂ ਨੌਕਰੀਆਂ 'ਤੇ ਸਵਾਲ ਉਠਾਉਂਦੇ ਆ। ਸੋ ਇਸ ਕਰਕੇ ਕਦੇ ਕਿਹੜੀ ਪਾਰਟੀ 'ਚ, ਕਦੇ ਕਿਹੜੀ ਪਾਰਟੀ 'ਚ, ਮੈਂ ਉਹਦੇ ਨਾਲ ਕਰੂੰਗਾ ਗੱਠਜੋੜ, ਉਹ ਉਹਦੇ ਨਾਲ ਕਰ ਲੂ, ਫਿਰ ਉਹਦੇ ਵਾਲੀਆਂ ਮੈਨੂੰ ਆ ਜਾਣਗੀਆਂ। ਅਸੀਂ ਗੋਟੀਆਂ ਫਿੱਟ ਕਰੀ ਗਏ ਹੁਣ ਤੱਕ, ਅਸੀਂ ਤਾਂ ਆਮ ਬੰਦੇ ਹਾਂ, ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਇਹੋ ਜਿਹੀਆਂ, MLA ਮੰਤਰੀ ਬਣਨ ਤੋਂ ਬਾਅਦ ਵੀ ਇਹੋ ਜਿਹੀਆਂ, ਪਹਿਲਾਂ ਵੀ ਇਹੋ ਜਿਹੇ ਸੀ। ਹਾਂ, ਇੰਨਾ ਪਤਾ ਹੈ ਜੇ ਸਾਡੇ ਸਾਹਮਣੇ ਕੋਈ ਪੰਜਾਬ ਦੇ ਖਜ਼ਾਨੇ ਦਾ 1 ਰੁਪਈਆ ਵੀ ਖਾਊਗਾ ਜਾਂ ਫਿਰ ਸਾਡੇ ਧਿਆਨ 'ਚ ਆ ਗਿਆ ਕਿ ਇਹਨੇ 1 ਰੁਪਈਆ ਖਾਧਾ, ਉਹਦਾ ਫਿਰ ਵਿਆਜ ਸਮੇਤ ਖਜ਼ਾਨੇ 'ਚ ਹੀ ਵਾਪਸ ਜਾਊਗਾ। ਉਹ ਕਿਧਰੇ ਇੱਧਰ ਉੱਧਰ ਨਹੀਂ ਹੋਣ ਦਿੰਦੇ ਸੀ, ਅਸੀਂ ਬੈਠੇ ਹਾਂ ਖਜ਼ਾਨੇ ਦੀ ਰਾਖੀ 'ਤੇ। ਪੰਜਾਬ ਦੇ ਲੋਕਾਂ ਨੇ ਸਾਨੂੰ ਖਜ਼ਾਨੇ ਦੀ ਰਾਖੀ 'ਤੇ ਬਿਠਾਇਆ, ਅਸੀਂ ਰਾਖੀ ਕਰ ਰਹੇ ਹਾਂ। ਤੁਸੀਂ ਬੇਫਿਕਰ ਰਹੋ ਇਸ ਗੱਲ ਤੋਂ, ਅਸੀਂ ਉਸੇ ਖਜ਼ਾਨੇ ਨੂੰ ਜਿਹਨੂੰ ਖਾਲੀ ਕਿਹਾ ਜਾਂਦਾ ਰਿਹਾ, ਜਿਹਨੂੰ ਪੀਪਾ ਕਿਹਾ ਜਾਂਦਾ ਰਿਹਾ, ਉਸੇ ਖਜ਼ਾਨੇ ਨੂੰ ਅਸੀਂ ਭਰ ਵੀ ਰਹੇ ਹਾਂ ਅਤੇ ਉਸ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਕਰ ਵੀ ਰਹੇ ਹਾਂ। ਤਾਂਹੀਓ ਨੌਕਰੀਆਂ ਮਿਲ ਰਹੀਆਂ ਨੇ, ਤਾਂਹੀਓ ਪੱਕੇ ਕੀਤੇ ਜਾ ਰਹੇ ਮੁਲਾਜ਼ਮ, ਤਾਂਹੀਓ ਬਿਜਲੀ ਦੇ ਬਿੱਲ ਫ੍ਰੀ ਆ ਰਹੇ ਨੇ, ਤਾਂਹੀਓ ਸਕੂਲ ਵਧੀਆ ਬਣ ਰਹੇ ਨੇ, ਕਿਉਂਕਿ ਅਸੀਂ ਉਹ ਲੀਕੇਜ ਬੰਦ ਕਰ ਰਹੇ ਹਾਂ ਜਿੱਥੋਂ ਪੈਸਾ ਲੀਕ ਹੁੰਦਾ ਸੀ। ਅਸੀਂ ਖਜ਼ਾਨੇ ਭਰ ਰਹੇ ਹਾਂ, ਉਹੀ ਖਜ਼ਾਨਾ ਮੈਂ ਤਾਂ ਕਦੇ ਕਿਹਾ ਨਹੀਂ ਹੈਗਾ ਖਾਲੀ ਹੈ, 1573 ਕਰੋੜ ਦਾ ਤੁਹਾਡੇ ਸਾਹਮਣੇ ਬਟਨ ਦੱਬਿਆ, ਇੰਨਾ ਬਟਨ ਦੱਬਿਆ ਬਸ, 1573 ਕਰੋੜ ਐਜੂਕੇਸ਼ਨ ਦੇ ਖਾਤੇ ਚਲਾ ਗਿਆ ਜੀ। ਬਣਾ ਲਓ ਜੀ, 4 ਦੀਵਾਰੀਆਂ ਬਣਾ ਲਓ, ਤੁਸੀਂ ਦੇਖ ਲਓ।